ਬਾਬਾ ਨੰਦ ਸਿੰਘ ਜੀ ਅਖੀਰਲੇ ਸਮੇਂ ਵਿੱਚ ਦੇਹਰਾਦੂਨ ਪਿੰਡ ਪੌਂਦੇ ਵਿਖੇ ਜਿੱਥੇ ਕਿ ਪਹਿਲਾਂ ਵੀ ਜਾ ਕੇ ਰਹਿੰਦੇ ਸਨ, 5 ਮਹੀਨੇ ਇੱਥੇ ਬਿਰਾਜੇ। 20 ਅਪ੍ਰੈਲ 19 ਮਈ 18 ਜੂਨ 17 ਜੁਲਾਈ ਅਤੇ 15 ਅਗਸਤ ਤੱਕ ਦੀਆਂ ਪੂਰਨਮਾਸ਼ੀਆਂ ਬਾਬਾ ਜੀ ਨੇ ਅਖੀਰਲੀਆਂ ਇੱਥੇ ਮਨਾਈਆਂ ਅਤੇ ਇੱਥੇ ਅਨੇਕਾਂ ਹੀ ਕੌਤਕ ਵਰਤਾਏ ਅਤੇ ਇਸ ਵਾਰੀ ਜੋ ਵਿਹੰਗਵਾਂ ਅਤੇ ਸੰਗਤਾਂ ਉੱਪਰ ਕਰੜਾਈ ਕੀਤੀ ਉਹ ਸਿੱਧੇ ਅਸਿੱਧੇ ਢੰਗ ਨਾਲ ਬਹੁਤ ਕਰਕੇ ਇਸ ਆਸ਼ੇ ਨਾਲ ਕਿ ਸਾਡੀ ਜੀਵਨ ਯਾਤਰਾ ਦਾ ਅੰਤ ਆ ਰਿਹਾ ਹੈ, ਜਿਸ ਕਿਸੇ ਨੇ ਸੰਗਤ ਦਾ ਲਾਭ ਲੈਣਾ ਹੈ ਲੈ ਲਵੋ। ਮਈ ਵਿੱਚ ਬਾਬਾ ਜੀ ਨੇ ਕਵੀ ਹੋਰਾਂ ਨੂੰ ਇੱਕ ਐਸੀ ਚੀਜ਼ ਬਣਾਉਣ ਲਈ ਕਿਹਾ ਜਿਹੜੀ ਕਿ ਪਹਾੜ ਦੀ ਚੜ੍ਹਾਈ ਸਮੇਂ ਡਾਂਡੀ ਦਾ ਕੰਮ ਦੇਵੇ, ਮੈਦਾਨ ਵਿੱਚ ਗੱਡੀ ਵਾਂਗ ਚਲਾਈ ਜਾ ਸਕੇ ਅਤੇ ਦਰਿਆ ਵਿੱਚ ਬੇੜੀ ਵਾਂਗ ਤਰ ਸਕੇ। ਤਾਂ ਮਿਸਤਰੀਆਂ ਨੇ 8 ਫੁੱਟ ਲੰਮੀ ਜਿਵੇਂ ਬਾਬਾ ਜੀ ਨੇ ਹੁਕਮ ਕੀਤਾ ਉਵੇਂ ਬਣਾ ਦਿੱਤੀ। ਬਾਬਾ ਜੀ ਵੇਖ ਕੇ ਬੜੇ ਖੁਸ਼ ਹੋਏ, ਪਰ ਇਸ ਦਾ ਅਸਲੀ ਭਾਵ ਨਾ ਬਾਬਾ ਜੀ ਨੇ ਦੱਸਿਆ ਅਤੇ ਨਾ ਕਿਸੇ ਨੇ ਪੁੱਛਿਆ ਇਸ ਦਾ ਮਤਲਬ ਕੀ ਹੈ। ਅਤੇ ਸਾਧ ਸੰਗਤ ਅਤੇ ਜਦੋਂ ਬਾਬਾ ਜੀ ਦਾ ਸਰੀਰ ਜਲ ਪ੍ਰਵਾਹ ਕੀਤਾ ਤਾਂ ਉੱਥੇ ਇਹ ਬੇੜੀ ਵੀ ਉੱਥੇ ਕੰਮ ਆਈ। ਇਸੇ ਮਹੀਨੇ ਦੀ ਗੱਲ ਹੈ ਕਿ ਜਦ ਬਰੀਕ ਮਲਮਲ ਦਾ ਕੁੜਤਾ ਪਹਿਨੇ ਬਾਬਾ ਜੀ ਖੜ੍ਹੇ ਹੋ ਕੇ ਸੰਗਤਾਂ ਨੂੰ ਭੁਗਤਾ ਰਹੇ ਸਨ ਤਾਂ ਪਿੱਛੇ ਖੜ੍ਹੇ ਇੱਕ ਸੰਗੀ ਨੂੰ ਸਕਿੰਟ ਮਾਤਰ ਇਹ ਦ੍ਰਿਸ਼ ਦਿਖਲਾਇਆ ਕਿ ਕੇਵਲ ਸਰੀਰ ਦਾ ਕਲਬੂਤ ਖੜ੍ਹਾ ਹੈ ਅਤੇ ਆਤਮਾ ਦਾ ਪੰਖੇਰੂ ਸੱਚਖੰਡ ਵਿੱਚ ਚਲਾ ਗਿਆ ਹੈ, ਜਿਸ ਤੋਂ ਉਸ ਸੰਗੀ ਨੇ ਅਨੁਮਾਨ ਲਾਇਆ ਕਿ ਹੁਣ ਬਾਬਾ ਜੀ ਨੇ ਚੋਲਾ ਬਦਲ ਹੀ ਲੈਣਾ ਹੈ। ਇਸ ਤਰ੍ਹਾਂ ਦੇ ਬਹੁਤ ਦ੍ਰਿਸ਼ਟਾਂਤ ਅਤੇ ਸਾਖੀਆਂ ਰਾਹੀਂ ਬਾਬਾ ਜੀ ਨੇ ਬਹੁਤ ਕੁਝ ਦੱਸਿਆ ਅਤੇ ਦਿਖਾਇਆ। ਇਹਨਾਂ ਦਿਨਾਂ ਦੀ ਹੀ ਗੱਲ ਹੈ ਕਿ ਸ੍ਰੀ ਅੰਮ੍ਰਿਤਸਰ ਤੋਂ ਸੰਗਤ ਸਪੈਸ਼ਲ ਬੱਸਾਂ 'ਤੇ ਪੌਂਦੇ ਠਾੜ 'ਤੇ ਰਾਤ ਦੇ 12 ਵਜੇ ਪੁੱਜੀ। ਸਵੇਰ ਦਾ ਕੀਰਤਨ ਤਾਂ ਅੱਗੇ ਵਾਂਗ ਹੋਇਆ, ਪਰ ਦੁਪਹਿਰ ਨੂੰ ਗਿਆਨੀ ਅਤੇ ਸੰਤ ਕਰਤਾਰ ਸਿੰਘ ਨੂੰ ਬੁਲਾ ਕੇ ਬਾਬਾ ਜੀ ਨੇ ਫਰਮਾਇਆ ਕਿ ਅੰਮ੍ਰਿਤਸਰ ਦੀ ਸੰਗਤ ਆਈ ਹੈ, ਸ਼ਾਮ ਨੂੰ ਕੋਈ ਸੋਚ ਕੇ ਚੰਗਾ ਜਿਹਾ ਪ੍ਰਕਰਨ ਪੜ੍ਹਨਾ। ਸੰਤ ਕਰਤਾਰ ਸਿੰਘ ਨੇ ਅਤੇ ਗਿਆਨੀ ਨੇ ਵਿਚਾਰ ਕੀਤੀ ਕਿ ਬਾਬਾ ਜੀ ਦੇ ਮਨ ਪਾਉਂਦਾ ਪ੍ਰਕਰਨ ਹੈ, ਦਿਖਾ ਦੇ ਵਾਸਤਾ ਆਪਣਾ ਉਹੀ ਤਸਵੀਰ ਗੁਰੂ ਨਾਨਕ ਇਹੋ ਹੀ ਪੜ੍ਹਾਂਗੇ। ਜਦ ਦੀਵਾਨ ਸਜਿਆ ਹਾਲੀ ਕਥਾ ਹੋ ਹੀ ਰਹੀ ਸੀ, ਉੱਧਰੋਂ ਅੰਦਰੋਂ ਬਾਬਾ ਜੀ ਨੇ ਸੱਦ ਲਿਆ, ਪੁੱਛਿਆ ਕਿਹੜਾ ਪ੍ਰਕਰਨ ਸੋਚਿਆ ਬਈ, ਬੇਨਤੀ ਕੀਤੀ ਜੀ ਦਿਖਾ ਦੇ ਵਾਸਤਾ ਆਪਣਾ। ਸੁਣ ਕੇ ਬਾਬਾ ਜੀ ਕਹਿਣ ਲੱਗੇ, ਭਾਈ ਜੀ ਅੰਮ੍ਰਿਤਸਰ ਦੀ ਸੰਗਤ ਹੈ, ਬਾਣੀ ਸੁਣਨ ਵਾਲੀ ਹੈ, ਇਹ ਤੁਹਾਡੀਆਂ ਕਵਿਤਾ ਸੁਣਨ ਨਹੀਂ ਆਈ, ਕੋਈ ਪ੍ਰਕਰਨ ਦੱਸੋ। ਤਾਂ ਇਹਨਾਂ ਨੇ 5-7 ਪ੍ਰਕਰਨ ਦੱਸੇ, ਪਰ ਬਾਬਾ ਜੀ ਨੇ ਪ੍ਰਵਾਨਗੀ ਨਾ ਦਿੱਤੀ। ਫਿਰ ਤਾੜਨਾ ਕਰਨ ਲੱਗੇ ਕਿ ਤੁਹਾਨੂੰ ਜੋ ਕਿਹਾ ਸੀ ਕਿ ਸੋਚ ਕੇ ਆਉਣਾ, ਕਿਉਂ ਨਹੀਂ ਸੋਚਿਆ? ਅਤੇ ਜਦੋਂ ਕਰਤਾਰ ਸਿੰਘ ਵਾਜੇ 'ਤੇ ਬੈਠਾ ਕੀਰਤਨ ਸ਼ੁਰੂ ਕਰਨ ਤੋਂ ਪਹਿਲਾਂ 1-2 ਵਾਰ ਬਾਬਾ ਜੀ ਵੱਲ ਤੱਕਿਆ ਕਿ ਕੋਈ ਰਮਜ ਦੇਣਗੇ, ਪਰ ਉਹਨਾਂ ਨੇ ਤੱਕਿਆ ਹੀ ਨਾ, ਇਹ ਸੋਚ ਕੇ ਕਿ ਦਿਖਾ ਦੇ ਵਾਸਤਾ ਵਾਲਾ ਪ੍ਰਕਰਨ ਸ਼ੁਰੂ ਕਰ ਦਿੱਤਾ ਅਤੇ ਬਾਬਾ ਜੀ ਨੇ ਬਰਾਗਣ ਲਾ ਲਈ। ਰਾਗੀਆਂ ਨੇ ਬੜੇ ਜ਼ੋਰ ਸ਼ੋਰ ਨਾਲ 1.5 ਘੰਟਾ ਕੀਰਤਨ ਕੀਤਾ, ਕਿਉਂਕਿ ਜਦੋਂ ਬਾਬਾ ਜੀ ਬਰਾਗਣ ਲਾ ਲੈਣ ਤਾਂ ਜਾਣੋ ਵੀ ਬਾਬਾ ਜੀ ਨੂੰ ਉਹ ਪ੍ਰਕਰਨ ਨਾਲ ਆਨੰਦ ਆ ਰਿਹਾ ਹੈ। ਸੰਗਤ ਬੜੀ ਪ੍ਰਸੰਨ ਜਾਪਦੀ ਸੀ। ਦੀਵਾਨ ਦੀ ਸਮਾਪਤੀ ਤੋਂ ਬਾਅਦ ਜਦੋਂ ਕਰਤਾਰ ਸਿੰਘ ਬਾਹਰ ਆਇਆ ਤਾਂ ਅੰਮ੍ਰਿਤਸਰ ਦੀ ਸਾਰੀ ਸੰਗਤ ਇਸ ਦੇ ਆਲੇ ਦੁਆਲੇ ਹੋ ਗਈ ਅਤੇ ਕਹਿਣ ਲੱਗੀ, ਕਰਤਾਰ ਸਿੰਘ ਵੀ ਅੱਜ ਤਾਂ ਬੜਾ ਸੋਹਣਾ ਸਮਾਂ ਬਣਾਇਆ ਹੈ, ਬੜਾ ਆਨੰਦ ਬਣਿਆ। ਇਹ ਪ੍ਰਸ਼ੰਸਾ ਦੇ ਸ਼ਬਦ ਸੁਣ ਕੇ ਕਰਤਾਰ ਸਿੰਘ ਦੇ ਮਨ ਵਿੱਚ ਕੁਝ ਹੰਕਾਰ ਆ ਗਿਆ ਕਿ ਬਾਬਾ ਜੀ ਤਾਂ ਇਹ ਕਵਿਤਾ ਪੜ੍ਹਨ ਤੋਂ ਰੋਕਦੇ ਸਨ, ਪਰ ਵੇਖੋ ਸੰਗਤ ਕਿੰਨੀ ਖੁਸ਼ ਹੈ। ਇਸ ਦੇ ਇਤਨੇ ਸੋਚਣ ਦੀ ਦੇਰ ਸੀ ਕਿ ਝੱਟ ਅੰਦਰੋਂ ਬਾਬਾ ਈਸ਼ਰ ਸਿੰਘ ਜੀ ਦੇ ਰਾਹੀਂ ਇਹਨਾਂ ਦੋਹਾਂ ਨੂੰ ਅੰਦਰ ਬੁਲਾ ਲਿਆ। ਜਦ ਇਹ ਅੰਦਰ ਗਏ ਤਾਂ ਬਾਬਾ ਜੀ ਮਣੇ ਦੇ ਉੱਪਰ ਬੈਠੇ ਸਨ ਅਤੇ ਕਰਤਾਰ ਸਿੰਘ ਨੂੰ ਦੇਖਦਿਆਂ ਹੀ ਤਾੜਨਾ ਸ਼ੁਰੂ ਕਰ ਦਿੱਤੀ, ਕਿਉਂ ਭਾਈ ਜੀ ਇਹ ਸੰਗਤ ਗਾਲਾਂ ਪਈ ਕੱਢਦੀ ਹੈ ਤੈਨੂੰ ਵੀ ਅਤੇ ਮੈਨੂੰ ਵੀ, ਕਿ ਇਹਨਾਂ ਨੂੰ ਬਾਣੀ ਯਾਦ ਨਹੀਂ, ਇੰਝ ਤਾੜਨਾ ਕਰਕੇ ਇਸ ਦੀ ਸਾਰੀ ਹੋਮੈ ਕੱਢ ਦਿੱਤੀ। ਫਿਰ ਕਹਿਣ ਲੱਗੇ, ਭਾਈ ਜੀ ਸਵੇਰ ਦਾ ਸਮਾਂ ਦੇਖਾਂਗੇ, ਜੇ ਨਾ ਬਣਿਆ ਤਾਂ ਤੈਨੂੰ ਇੱਥੋਂ ਤੋੜ ਦਿਆਂਗੇ, ਇਹ ਕਹਿ ਕੇ ਬਾਹਰ ਕੱਢ ਦਿੱਤਾ। ਪਰ ਜਦ ਹਜੇ ਇਹ ਬਾਹਰ ਆਏ ਹੀ ਸਨ ਤਾਂ ਪਿੱਛੋਂ ਹਜੂਰੀਏ ਦੇ ਹੱਥ ਪ੍ਰਸ਼ਾਦ ਦੀ ਟੋਕਰੀ ਭੇਜ ਦਿੱਤੀ। ਜਦ ਹਜੂਰੀਆ ਪ੍ਰਸ਼ਾਦ ਦੇਣ ਲੱਗਾ ਤਾਂ ਕਰਤਾਰ ਸਿੰਘ ਬੜਾ ਢਿੱਲਾ ਜਿਹਾ ਮੂੰਹ ਕਰਕੇ ਕਹਿਣ ਲੱਗਾ, ਕਾਹਦਾ ਪ੍ਰਸ਼ਾਦ, ਸਮਾਂ ਤਾਂ ਸਾਥੋਂ ਬਣਿਆ ਨਹੀਂ। ਤਾਂ ਹਜੂਰੀਏ ਨੇ ਦੱਸਿਆ, ਇਹ ਗੱਲ ਨਹੀਂ ਹੈ, ਬਾਬਾ ਜੀ ਨੇ ਕਿਹਾ ਸੀ ਕਿ ਅੱਜ ਮੁੰਡੇ ਨੇ ਸਮਾਂ ਤਾਂ ਬੜਾ ਸੋਹਣਾ ਬਣਾਇਆ, ਪਰ ਲਿਆ ਜਰਾ ਠੋਕ ਦਈਏ ਕਿਤੇ ਹੰਕਾਰ ਵਿੱਚ ਨਾ ਆ ਜਾਵੇ। ਸੋ ਇਸ ਤਰ੍ਹਾਂ ਕਰਕੇ ਬਾਬਾ ਜੀ ਨੇ ਬਹੁਤ ਹੀ ਕਠਿਨ ਕਠਿਨ ਇਮਤਿਹਾਨ ਦੇ ਪਰਚੇ ਪਾ ਕੇ ਹਉਮੈ ਨੂੰ ਬਾਹਰ ਕੱਢਿਆ। ਸੇਵਕ ਕੁੰਭ ਘੁਮਿਆਰ ਗੁਰ ਘੜ ਘੜ ਕੱਢੇ ਖੋਟ, ਹੇਠੋਂ ਸਤਿਗੁਰੂ ਹੱਥ ਦੇ ਉੱਤੋਂ ਮਾਰੇ ਚੋਟ। ਘੁਮਿਆਰ ਕੜੇ ਦਾ ਵੈਰੀ ਨਹੀਂ, ਪਰ ਤੱਫੇ ਕਿਉਂ ਮਾਰਦਾ, ਵਲਵਿੰਗ ਜੋ ਕੱਢਣੇ ਹੋਏ, ਕਿਉਂਕਿ ਉਹ ਜਾਣਦਾ ਹੈ ਜੇ ਇਸ ਵਿੱਚ ਪੋਲ ਰਹਿ ਗਈ ਤਾਂ ਬਾਜ਼ਾਰ ਵਿੱਚ ਇਸ ਦਾ ਪੂਰਾ ਮੁੱਲ ਨਹੀਂ ਪਵੇਗਾ, ਅਤੇ ਹੱਥ ਇਸ ਵਾਸਤੇ ਰੱਖਦਾ ਕਿ ਟੁੱਟ ਨਾ ਜਾਏ। ਇਸੇ ਤਰ੍ਹਾਂ ਗੁਰੂ ਸਿੱਖ ਦੇ ਅੰਦਰੋਂ ਖੋਟ ਕੱਢਦਾ ਹੈ, ਕਿਉਂਕਿ ਉਹ ਜਾਣਦਾ ਹੈ ਕਿ ਜੇ
ਹੋਟ ਰਹੀ ਤਾਂ ਰੱਬ ਦੀ ਦਰਗਾਹ ਵਿੱਚ ਇਸ ਦਾ ਪੂਰਾ ਮੁੱਲ ਨਹੀਂ ਪੈਣਾ। ਕੱਚ ਪਕਾਈ ਉੱਥੇ ਪਾਏ, ਕੱਚੇ ਜਿਹੜੇ ਪੱਕ ਕੇ ਉੱਥੇ ਜਾਂਦੇ ਹਨ ਤਾਂ ਉਹਨਾਂ ਦਾ ਕੋਈ ਮੁੱਲ ਪੈਂਦਾ ਹੈ। ਅਤੇ ਡੇਰਾਦੂਨ ਤਾਂ ਬਾਬਾ ਜੀ ਨੇ ਅਖੀਰਲੇ ਸਮੇਂ ਵਿੱਚ ਬਹੁਤ ਹੀ ਕਠਿਨ ਇਮਤਿਹਾਨ ਪਾਏ ਅਤੇ ਵਿਰਲੇ ਹੀ ਰਹਿ ਗਏ ਸਨ ਜੋ ਬਾਬਾ ਜੀ ਦੇ ਚਰਨਾਂ ਵਿੱਚ ਸੇਵਾ ਕਰਨ ਵਾਲੇ। ਕਿਸੇ ਨੂੰ ਤਾੜਨਾ, ਕਿਸੇ ਨੂੰ ਛੁੱਟੀ, ਕਿਸੇ ਦੀ ਪ੍ਰੀਖਿਆ, ਕਿਸੇ ਦੀ ਚਾਹ ਬੰਦ, ਕਦੇ ਵਿਰਾਗ ਦੀਆਂ ਗੱਲਾਂ ਦਿਨ ਰਾਤ ਕਰਦੇ ਰਹਿਣਾ। ਇੱਕ ਦਿਨ ਕਹਿਣ ਲੱਗੇ, ਲੰਮੇ ਸਫ਼ਰ ਵਾਸਤੇ ਪੈਟਰੋਲ ਲੈ ਰੱਖਣਾ, ਜਲ ਪ੍ਰਵਾਹ ਕਰਨਾ, ਪੱਥਰ ਲੈਣੇ। ਜਦ ਇਹ ਸੁਣ ਕੇ ਰੋਣ ਲੱਗੇ ਤਾਂ ਵੈਦ ਲਾਲ ਸਿੰਘ ਨੇ ਜਾ ਕੇ ਬਾਬਾ ਜੀ ਨੂੰ ਦੱਸ ਦਿੱਤਾ। ਕਹਿਣ ਲੱਗੇ, ਸੰਗੀ ਨੂੰ ਸਭ ਦੱਸਣਾ ਪੈਂਦਾ ਹੈ। ਅਗਸਤ ਦੀ ਆਖਰੀ ਪੂਰਨਮਾਸ਼ੀ ਐਤਵਾਰ 15 ਤਰੀਕ ਦੀ ਸੀ। ਬਾਬਾ ਜੀ ਨੇ ਬਚਨ ਕੀਤੇ ਜਿਸ ਵਿੱਚ ਕਈ ਗੁੱਝੀਆਂ ਰਮਜਾਂ ਦਿੱਤੀਆਂ। ਉਸ ਵੇਲੇ ਤਾਂ ਕਿਸੇ ਨੇ ਖਿਆਲ ਨਾ ਕੀਤਾ, ਪਰ ਬਾਅਦ ਵਿੱਚ ਉਹ ਬਚਨ ਯਾਦ ਆਏ। ਬਾਬਾ ਜੀ ਨੇ ਸਾਖੀ ਸੁਣਾਈ। ਇੱਕ ਮਹਾਤਮਾ ਬਾਜ਼ਾਰ ਵਿੱਚੋਂ ਲੰਘਦੇ ਜਾ ਰਹੇ ਸਨ। ਇੱਕ ਵੇਸਵਾ ਆਪਣੇ ਕੁੱਤੇ ਨੂੰ ਨਵਾ ਰਹੀ ਹੈ। ਮਹਾਤਮਾ ਨੂੰ ਤੱਕ ਕੇ ਆਪਣੇ ਕੁੱਤੇ ਦੀ ਪੂਛ 'ਤੇ ਹੱਥ ਫੇਰ ਕੇ ਆਖਣ ਲੱਗੀ, ਮਹਾਤਮਾ ਜੀ ਦੱਸੋ, ਤੁਹਾਡੀ ਦਾੜੀ ਚੰਗੀ ਹੈ ਜਾਂ ਮੇਰੇ ਕੁੱਤੇ ਦੀ ਪੂਛ ਚੰਗੀ ਹੈ? ਸੁਣ ਕੇ ਮਹਾਤਮਾ ਚੁੱਪ ਕਰ ਗਏ, ਕੋਈ ਜਵਾਬ ਨਾ ਦਿੱਤਾ। ਕਾਫ਼ੀ ਸਮਾਂ ਲੰਘ ਗਿਆ ਅਤੇ ਇੱਕ ਦਿਨ ਸੇਵਾਦਾਰ ਨੂੰ ਕਹਿਣ ਲੱਗੇ ਕਿ ਫਲਾਣੇ ਬਾਜ਼ਾਰ ਵਿੱਚ ਫਲਾਣੀ ਥਾਂ 'ਤੇ ਵੇਸਵਾ ਰਹਿੰਦੀ ਹੈ, ਉਸ ਨੂੰ ਬੁਲਾ ਕੇ ਲਿਆ। ਸੇਵਾਦਾਰ ਸਤਿਵਚਨ ਕਰਕੇ ਬੁਲਾ ਲਿਆਇਆ ਤਾਂ ਮਹਾਤਮਾ ਨੇ ਤੱਕਿਆ ਅਤੇ ਕਹਿਣ ਲੱਗੇ, ਬੀਬੀ, ਇੱਕ ਸਵਾਲ ਜਿਹੜਾ ਤੂੰ ਕਦੇ ਕੀਤਾ ਸੀ, ਹੁਣ ਕਰ। ਤਾਂ ਉਹ ਕੰਬਣ ਲੱਗ ਗਈ। ਆਖਿਆ, ਜੀ ਮਾਫ਼ ਕਰੋ, ਮੇਰੇ ਕੋਲੋਂ ਗਲਤੀ ਹੋ ਗਈ ਹੈ, ਉਸ ਗੱਲ ਨੂੰ ਦੁਬਾਰਾ ਨਾ ਦੁਹਰਾਓ। ਤਾਂ ਮਹਾਤਮਾ ਨੇ ਆਖਿਆ, ਬੀਬੀ, ਮੈਂ ਤੇਰੇ 'ਤੇ ਨਾਰਾਜ਼ ਨਹੀਂ, ਤੇਰਾ ਇਹ ਸਵਾਲ ਕਈਆਂ ਦਾ ਭਲਾ ਕਰੇਗਾ, ਤੂੰ ਨਿਸੰਗ ਆਖ, ਡਰ ਨਹੀਂ। ਤਾਂ ਉਸਨੇ ਡਰਦੀ ਕੰਬਦੀ ਨੇ ਬੇਨਤੀ ਕੀਤੀ, ਜੀ ਮੈਂ ਆਖਦੀ ਸਾਂ ਕਿ ਤੁਹਾਡੀ ਦਾੜੀ ਚੰਗੀ ਹੈ ਕਿ ਮੇਰੇ ਕੁੱਤੇ ਦੀ ਪੂਛ? ਤਾਂ ਮਹਾਤਮਾ ਨੇ ਆਪਣੀ ਦਾੜੀ ਉੱਪਰ ਹੱਥ ਫੇਰਿਆ ਅਤੇ ਆਖਿਆ, ਮਾਈ, ਮੇਰੀ ਦਾੜੀ ਚੰਗੀ ਹੈ, ਤੇਰੇ ਕੁੱਤੇ ਦੀ ਪੂਛ ਨਾਲੋਂ ਮੇਰੀ ਦਾੜੀ ਚੰਗੀ ਹੈ। ਉਸਨੇ ਆਖਿਆ, ਬਸ ਇੰਨੀ ਗੱਲ ਸੀ, ਤਾਂ ਤੁਸੀਂ ਉਦੋਂ ਕਿਉਂ ਨਾ ਇਹ ਗੱਲ ਆਖੀ? ਮਹਾਤਮਾ ਨੇ ਆਖਿਆ, ਉਦੋਂ ਮੈਂ ਕਿਵੇਂ ਆਖ ਦਿੰਦਾ, ਬੇੜੀ ਦਰਿਆ ਵਿੱਚ ਜਾ ਰਹੀ ਹੈ, ਕੀ ਪਤਾ ਪਾਰ ਲੱਗੇ ਜਾਂ ਨਾ ਲੱਗੇ, ਅਤੇ ਹੁਣ ਮੇਰੇ ਬਾਕੀ ਚੰਦ ਸਵਾਸ ਹਨ, ਮੇਰੀ ਜ਼ਿੰਦਗੀ ਦੀ ਬੇੜੀ ਪਾਰ ਲੱਗ ਚੁੱਕੀ ਹੈ, ਇਸ ਲਈ ਹੁਣ ਮੈਂ ਇਹ ਗੱਲ ਕਹਿ ਸਕਦਾ ਹਾਂ, ਕਿਉਂਕਿ ਮੈਂ ਸਾਰੀ ਜ਼ਿੰਦਗੀ ਗੁਰੂ ਤੋਂ ਬੇਮੁੱਖ ਨਹੀਂ ਹੋਇਆ, ਅਤੇ ਬਈ ਸੇ ਦਾੜੀਆਂ ਸੱਚੀਆਂ ਜੋ ਗੁਰਚਰਨ ਲਗਨ, ਅਤੇ ਹੁਣ ਮੈਂ ਜਾ ਰਿਹਾ ਹਾਂ ਦਰਗਾਹ ਨੂੰ। ਇਹ ਗੱਲ ਕਹਿੰਦਾ ਹੋਇਆ ਉਹ ਮਹਾਤਮਾ ਦਰਗਾਹ ਨੂੰ ਚਲਾ ਗਿਆ। ਇੱਥੇ ਹੀ ਬਚਨ ਕਰਦਿਆਂ ਬਾਬਾ ਜੀ ਨੇ ਫਿਰ ਦੁਹਰਾਇਆ ਕਿ ਬਈ ਜੇ ਤੁਹਾਨੂੰ ਕੋਈ ਪੁੱਛੇ ਕਿ ਜਿਹਨਾਂ ਮਹਾਤਮਾ ਕੋਲ ਜਾਂਦੇ ਸੀ ਉਹਨਾਂ ਵਿੱਚ ਕੀ ਗੁਣ ਸਨ, ਤਾਂ ਫਿਰ ਆਪ ਹੀ ਕਹਿਣ ਲੱਗੇ ਕਿ ਇਹ 3 ਗੱਲਾਂ ਬੇਸ਼ੱਕ ਕਹਿ ਦੇਣੀਆਂ। ਕਿਹੜੀ ਕਿਹੜੀ? 75 ਸਾਲ ਦੀ ਉਮਰ ਗੁਜ਼ਾਰੀ ਹੈ, ਪੈਸੇ ਨੂੰ ਹੱਥ ਲਾ ਕੇ ਨਹੀਂ ਦੇਖਿਆ ਕਿ ਕਿਹੋ ਜਿਹਾ ਹੁੰਦਾ ਹੈ, ਅਤੇ ਦੂਜਾ 75 ਸਾਲ ਦੀ ਉਮਰ ਗੁਜ਼ਾਰੀ ਹੈ, ਇਕੱਲੀ ਇਸਤਰੀ ਨਾਲ ਗੱਲ ਨਹੀਂ ਕੀਤੀ, ਅਵਲ ਤਾਂ ਕਿਸੇ ਨਾਲ ਵੀ ਨਹੀਂ ਕੀਤੀ, ਪਰ ਜੇ ਕੀਤੀ ਵੀ ਹੈ ਕਿਸੇ ਵੇਲੇ ਤਾਂ ਉਸਦਾ ਪਤੀ ਜਾਂ ਪੁੱਤਰ ਜਾਂ ਭਰਾ ਨਾਲ ਹੋਵੇ, ਇਕੱਲੀ ਦਾ ਮਤਲਬ ਹੀ ਕੋਈ ਨਹੀਂ। ਅਤੇ ਤੀਜਾ 75 ਸਾਲ ਦੀ ਉਮਰ ਗੁਜ਼ਾਰੀ ਹੈ, ਸੂਈ ਦੇ ਨੱਕੇ ਜਿੰਨੀ ਵੀ ਥਾਂ ਆਪਣੇ ਨਾਂ ਨਹੀਂ ਲਵਾਈ। ਇਸ ਤਰ੍ਹਾਂ ਬਚਨ ਕਰਦਿਆਂ ਫਰਮਾਇਆ ਕਿ ਦੁਨੀਆਂ ਸਾਨੂੰ ਸੰਤ ਕਹਿੰਦੀ ਹੈ, ਪਰ ਅਸੀਂ ਤਾਂ ਪੂਰੇ ਸਿੱਖ ਵੀ ਨਹੀਂ ਬਣੇ। ਉਸ ਪੂਰਨਮਾਸ਼ੀ 'ਤੇ ਬਾਬਾ ਜੀ ਨੇ ਇਸ ਤਰ੍ਹਾਂ ਬਚਨ ਵਿਲਾਸ ਕੀਤੇ ਅਤੇ ਮਰਿਆਦਾ ਅਨੁਸਾਰ ਦਰਗਾਹੀ ਪ੍ਰਸ਼ਾਦ ਸੰਗਤਾਂ ਨੂੰ ਵੰਡਿਆ। ਅਗਸਤ ਦੇ 3 ਹਫ਼ਤੇ ਅੰਮ੍ਰਿਤਸਰ ਦੀ ਕੁਝ ਸੰਗਤ ਦਰਸ਼ਨਾਂ ਨੂੰ ਪਹੁੰਚੀ ਅਤੇ ਕੀ ਦੇਖਦੇ ਹਨ ਕਿ ਉਸ ਰੋਜ਼ ਬਾਬਾ ਜੀ ਨੇ ਕਾਲਾ ਬਾਣਾ ਪਹਿਨਿਆ ਹੋਇਆ ਸੀ, ਇੱਥੋਂ ਤੱਕ ਕਿ ਹੱਥ ਵਿੱਚ ਮਾਲਾ ਵੀ ਕਾਲੀ ਸੀ। ਅੰਮ੍ਰਿਤਸਰ ਦੀ ਸੰਗਤ ਮਨਸੂਰੀ ਦਾ ਪ੍ਰੋਗਰਾਮ ਬਣਾ ਕੇ ਆਈ ਸੀ ਕਿ ਨਾਲੇ ਬਾਬਾ ਜੀ ਦੇ ਦਰਸ਼ਨ ਕਰਾਂਗੇ, ਨਾਲੇ ਮਨਸੂਰੀ ਘੁੰਮ ਕੇ ਆਵਾਂਗੇ। ਬਾਬਾ ਜੀ ਫਰਮਾਉਣ ਲੱਗੇ, ਅਸੀਂ ਦਰਗਾਹ ਤੋਂ ਟਿਕਟ ਕਟਾ ਆਏ ਹਾਂ, ਪਰ ਤੁਸੀਂ ਮਨਸੂਰੀ ਮੇਮਾਂ ਨੂੰ ਵੇਖਣ ਦਾ ਪ੍ਰੋਗਰਾਮ ਬਣਾਈ ਫਿਰਦੇ ਹੋ? ਦਿਨ ਥੋੜ੍ਹੇ ਰਹਿ ਗਏ ਹਨ। ਤਾਂ ਵਿੱਚੋਂ ਵਿੱਚੋਂ ਸਿਆਣੇ ਬੰਦੇ ਤਾਂ ਸਮਝ ਗਏ ਕਿ ਬਹੁਤ ਛੇਤੀ ਕੋਈ ਭਾਣਾ ਬੀਤਣ ਵਾਲਾ ਹੈ। ਇੱਕ ਦਿਨ ਬਾਬਾ ਜੀ ਕਵੀ ਨੂੰ ਕਹਿਣ ਲੱਗੇ, ਜਿਹੜਾ ਸੰਗੀ ਆਉਂਦਾ ਹੈ ਸਾਡਾ ਦਿਲ ਕਰਦਾ ਹੈ ਕਿ ਉਹਦਾ ਸਿਖਰ 'ਤੇ ਹੱਥ ਪਹੁੰਚਾ ਦੇਈਏ। ਸੰਗੀ ਕਦੇ ਇੱਧਰ ਜਾਂਦਾ ਹੈ, ਕਦੇ ਉੱਧਰ, ਜੇ ਉਸਦੀ ਭਾਵਨਾ ਪੂਰੀ ਨਾ ਹੋਵੇ ਤਾਂ ਕਹਿੰਦਾ ਹੈ ਕਿ ਮੈਂ ਇੱਥੇ ਆਇਆ ਹੀ ਕਿਉਂ ਹਾਂ, ਅਤੇ ਜੇ ਭਾਵਨਾ ਪੂਰੀ ਹੋ ਜਾਏ ਤਾਂ ਸੰਗੀ ਧੱਕਾ ਖਾ ਜਾਂਦਾ ਹੈ। ਦੁਨਿਆਵੀ ਮੰਗ ਪੂਰੀ ਕਰਨੀ, ਦਰਗਾਹ ਤੋਂ ਧੱਕਾ ਦੇਣਾ ਹੈ। ਬਾਬਾ ਜੀ ਨੇ ਇੱਕ ਦਿਨ ਸਭ ਰਾਗੀ ਪਾਠੀ ਬੰਗਮਾਂ ਨੂੰ ਸ੍ਰੀ ਰਾਮ ਰਾਏ ਦੇ ਡੇਰੇ 'ਤੇ ਲਿਜਾ ਕੇ ਉਹ ਕੜਾਹੇ ਦਿਖਾਏ ਜਿਨ੍ਹਾਂ ਵਿੱਚ ਕਲਗੀਧਰ ਪਾਤਸ਼ਾਹ ਨੇ ਮਸੰਦ ਸਾੜੇ ਸਨ। ਉਹ ਦਿਖਾਏ ਅਤੇ ਇੱਕ ਇੱਕ ਨਾਲ ਅੱਖ ਮੇਲ ਕੇ ਆਖਿਆ, ਜਿਸ ਨੇ ਕੀਤੀ ਜਰਾ ਬੇਅਦਬੀ ਇਸ ਗਲੀ ਵਿੱਚ ਸਈਓ, ਜੋ ਮਨਸੂਰ ਚੜਾਇਆ ਸੂਲੀ ਫੇਰ ਨਾ ਸਾਨੂੰ ਕਹੀਓ। ਮਨਸੂਰ ਨੂੰ ਸੂਲੀ ਚੜਿਆ, ਕਹਿੰਦਾ ਸੀ ਮੈਂ ਰੱਬ ਹਾਂ, ਅਤੇ ਇਸ ਘਰ ਵਿੱਚ ਸਭ ਤੋਂ ਵੱਡੀ ਬੇਅਦਬੀ ਹੈ ਕਿ ਕੁਝ ਬਣ ਬੈਠਣਾ।
ਅਨ ਬਾਬਾ ਨੰਦ ਸਿੰਘ ਜੀ ਇਤਨੀ ਕਮਾਈ ਦੇ ਮਾਲਕ, ਪਰ ਨਿਮਰਤਾ ਕਿਤਨੀ ਹੈ ਕਿ ਮੈਂ ਤਾਂ ਹਜੇ ਸਿੱਖ ਵੀ ਨਹੀਂ ਬਣਿਆ। ਇਹੋ ਹੀ ਨਿਸ਼ਾਨੀ ਹੈ ਰੱਬ ਦੇ ਨੇੜੇ ਹੋਣ ਵਾਲਿਆਂ ਦੀ। ਅਤੇ ਜੋ ਕਹਿੰਦਾ ਹੈ ਮੈਂ ਰੱਬ ਨੂੰ ਪਾ ਲਿਆ ਹੈ, ਸਮਝੋ ਅਸਲੀ ਅਣਜਾਣ ਹੈ। ਸਾਹਿਬ ਆਖਦੇ ਨੇ ਸੋਈ ਅਜਾਨ ਕਹੇ ਮੈਂ ਜਾਣਿਆ, ਜਿਹੜਾ ਕਹਿੰਦਾ ਮੈਂ ਜਾਣਿਆ ਹੈ ਉਹ ਅਜਾਨ ਹੈ, ਉਸਨੇ ਬਿਲਕੁਲ ਨਹੀਂ ਜਾਣਿਆ। ਸੋਈ ਅਜਾਨ ਕਹੇ ਮੈਂ ਜਾਣਿਆ, ਜਾਣਨ ਹਾਰ ਨਾ ਛਾਨਾ ਰੇ, ਕਿਉਂਕਿ ਇਹ ਸੰਸਾਰ ਤੇ ਹਟੜਾ ਬਾਜ਼ਾਰ ਹੈ ਤੇ ਹਟੜੇ ਬਾਜ਼ਾਰ ਸੌਦਾ ਕਰਨ ਵਣ ਜਾ ਰਿਹਾ। ਦੁਕਾਨ ਦਾ ਇੱਕ ਕਾਊਂਟਰ ਹੋਵੇ ਉਸਨੂੰ ਹੱਟੀ ਆਖਦੇ ਹਨ, ਦੋ ਹੋਵੇ ਤਾਂ ਦੁਹੱਟਾ, ਅਤੇ ਜੇ ਤਿੰਨ ਹੋਣ ਤਾਂ ਤਹਿਟਾ ਆਖਦੇ ਹਨ। ਅਤੇ ਇਹ ਸੰਸਾਰ ਵੀ ਤਹਿਟੜਾ ਬਾਜ਼ਾਰ ਹੈ, ਅਤੇ ਤਿੰਨ ਗੁਣ ਹਨ ਰਜੋ ਤਮੋ ਸਤੋ। ਨਾਮ ਦਾ ਖਜ਼ਾਨਾ ਬੜੇ ਇਕੱਠਾ ਕਰ ਲੈਂਦੇ ਹਨ, ਪਰ ਇਹ ਸੰਸਾਰ ਦਾ ਸਫ਼ਰ ਕੋਈ ਆਸਾਨ ਨਹੀਂ ਹੈ। ਸੰਸਾਰ ਵਿੱਚ ਵਿਕਾਰ ਨੇ, ਬੜੇ ਘੱਟ ਅਵਘੱਟ ਨੇ, ਬੜੀਆਂ ਉਚਾਈਆਂ ਅਤੇ ਨਵਾਈਆਂ ਨੇ, ਪਤਾ ਨਹੀਂ ਕਿੱਥੇ ਕਦਮ ਥਿੜਕ ਜਾਏ, ਕਿੱਥੇ ਠੇਡਾ ਲੱਗੇ ਅਤੇ ਆਪਣੀ ਸਾਰੀ ਦੌਲਤ ਦਾ ਖਜ਼ਾਨਾ ਡੁੱਲ ਜਾਏ। ਐਸੇ ਲੋਕ ਵੀ ਇਸ ਸੰਸਾਰ ਵਿੱਚ ਦੇਖੇ ਨੇ, ਜੀਵਨ ਦੇ ਪਲ ਵਿੱਚ ਜੀਵਨ ਦਾ ਬਹੁਤ ਸਾਰਾ ਨਾਮ ਧਨ ਦੌਲਤ ਦਾ ਖਜ਼ਾਨਾ ਘੱਟ ਅਵਘੱਟ ਵਿੱਚ, ਊਚ ਨਿਵਾਣ ਵਿੱਚ, ਵਿਸ਼ੇ ਵਿਕਾਰਾਂ ਦਾ ਠੇਡਾ ਵਜਿਆ, ਜ਼ਿੰਦਗੀ ਦਾ ਸਭ ਕੁਝ ਬਰਬਾਦ ਹੋ ਗਿਆ। ਐਸੇ ਸਾਧੂ ਮਹਾਤਮਾ ਅੱਜ ਦੇਖੇ ਜਾ ਸਕਦੇ ਹਨ, ਐਸੇ ਭੇਖਤਾਰੀ ਲੋਕ ਅੱਜ ਦੇਖੇ ਜਾ ਸਕਦੇ ਹਨ, ਇਸ ਸੰਸਾਰ ਦੇ ਬਾਜ਼ਾਰ ਵਿੱਚ ਲੁੱਟੇ ਜਾ ਰਹੇ ਹਨ। ਜਰਾ ਕ੍ਰੋਧ ਆਇਆ ਤਾਂ ਖਜ਼ਾਨਾ ਲੁੱਟਿਆ ਗਿਆ, ਜਰਾ ਕੁ ਮੱਥਾ ਟੇਕਣ ਵਾਲੇ ਬਹੁਤੇ ਪੈਦਾ ਹੋ ਗਏ ਤਾਂ ਖਜ਼ਾਨਾ ਲੁੱਟ ਕੇ ਲੈ ਗਏ। ਬੜੀਆਂ ਔਕੜਾਂ ਨੇ ਇਸ ਖਜ਼ਾਨੇ ਨੂੰ ਸੰਭਾਲਣ ਦੀਆਂ। ਇਸ ਵਾਸਤੇ ਨਾਮ ਜਪਣ ਵਾਲੇ ਫੜਾ ਨਹੀਂ ਮਾਰਦੇ, ਸਗੋਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਨ ਕਿ ਹੇ ਵਾਹਿਗੁਰੂ, ਜਿਵੇਂ ਤੁਸੀਂ ਮੈਨੂੰ ਖਜ਼ਾਨਾ ਸੌਂਪਿਆ ਹੈ ਉਸੇ ਤਰ੍ਹਾਂ ਇਸ ਦੀ ਰੱਖਿਆ ਵੀ ਕਰ। ਘੱਟ ਅਵ ਘੱਟ ਡੂਗਰ ਕਣਾ ਇੱਕ ਨਿਰਗੁਣ ਬੈਲ ਹਮਾਰ, ਰਮਈਏ ਸਿਉ ਮੇਰੀ ਬੇਨਤੀ ਮੇਰੀ ਪੂੰਜੀ ਰਾਖ ਮੁਰਾਰ। ਵਾਹਿਗੁਰੂ ਮੈਂ ਤੇਰੀ ਸਿਕਿਉਰਟੀ ਵਿੱਚ ਰਹਿਣਾ ਚਾਹੁੰਦਾ ਹਾਂ, ਇਸ ਵਿਕਾਰਾਂ ਦੀ ਭਰੀ ਹੋਈ ਦੁਨੀਆਂ ਵਿੱਚ ਫਿਰਦਾ ਰਹਾਂ ਪਰ ਕੋਈ ਵਿਕਾਰ ਮੈਨੂੰ ਛੋਹ ਨਾ ਸਕੇ। ਜ਼ਿੰਦਗੀ ਦਾ ਜਿਹੋ ਜਿਹਾ ਬੇਦਾਗ ਜੀਵਨ ਲੈ ਕੇ ਆਇਆ ਹਾਂ ਉਸੇ ਤਰ੍ਹਾਂ ਹੀ ਵਾਪਸ ਤੇਰੇ ਦਰਬਾਰ ਵਿੱਚ ਪਹੁੰਚਾਂ। ਅਤੇ ਫਿਰ ਜੈਸੀ ਪੁੱਜੀ ਪੇੜ ਤੇ ਤੈਸੀ ਨਿਭੈ ਔਰ, ਹੀਰਾ ਕਿਸਕਾ ਵਾਪਰਾ ਪੁੱਜੇ ਨਰਤਨ ਕਰੋੜ। ਇਹ ਵਡਿਆਈ ਹੈ ਉਹਨਾਂ ਦੀ ਜੋ ਅਖੀਰ ਤੱਕ ਮਾਲਕ ਨਾਲ ਜੁੜੇ ਰਹੇ ਅਤੇ ਅਖੀਰ ਫਿਰ ਜੋਤ ਨਾਲ ਜੋਤ ਰਲਾ ਦਿੱਤੀ। 24 ਅਗਸਤ ਦੇ ਲਗਭਗ ਡਰੋਲੀ ਹੋਰਾਂ ਨੂੰ ਪੁੱਛਣ ਲੱਗੇ ਕਿ ਬਈ ਮੱਸਿਆ ਕਦੋਂ ਹੈ, ਬੇਨਤੀ ਕੀਤੀ ਜੀ 29 ਤਰੀਕ ਦੀ ਹੈ। ਹੱਸ ਕੇ ਕਹਿਣ ਲੱਗੇ ਆ ਗਈ ਮੱਸਿਆ, ਅੱਛਾ ਵਾਹ ਵਾਹ। ਬਚਨ ਕਰਨ ਦੇ ਇਸ ਲਹਿਜੇ ਤੋਂ ਅਨੁਮਾਨ ਲਾਇਆ ਕਿ ਕੁਝ ਪਾਣਾ ਵਰਤਣ ਵਾਲਾ ਹੈ। ਅੱਜ ਜਦੋਂ ਬਾਬਾ ਜੀ ਨੇ ਹੁਕਮ ਕੀਤਾ ਬਈ ਹੁਣ ਇੱਥੋਂ ਚੱਲਣ ਦਾ ਹੁਕਮ ਆ ਰਿਹਾ ਹੈ, ਅਤੇ ਮਰਿਆਦਾ ਸੀ ਚਿੱਠੀਆਂ ਪਾਉਣ ਦੀ, ਸੋ ਮਰਿਆਦਾ ਅਨੁਸਾਰ ਸਾਰੇ ਥਾਵਾਂ ਦੀਆਂ ਪਰਚੀਆਂ ਪਾਈਆਂ ਅਤੇ ਪਰਚੀ ਨਾਨਕਸਰ ਜਗਰਾਉਂ ਦੀ ਨਿਕਲੀ। ਅਤੇ ਹੁਕਮਨਾਮਾ ਆਇਆ ਸੂਹੀ ਮਹੱਲਾ ਪੰਜਵਾਂ, ਹਰ ਚਰਨ ਕਮਲ ਕੀ ਟੇਕ, ਸਤਿਗੁਰੂ ਦਿੱਤੀ ਤੁਸ ਕਹਿ ਬਲਰਾਮ ਜੀਓ। ਆਖਰੀ ਪੰਕਤੀਆਂ ਸਨ, ਜਿਸ ਤੇ ਉਪਜਿਆ ਤਿਸ ਮਾਹੇ ਸਮਾਇਆ, ਕੀਮਤ ਕਹਿਣ ਨਾ ਜਾਏ, ਜਿਸ ਕੋ ਚਲਤ ਨਾ ਜਾਹੀ ਲੱਖਣੇ, ਨਾਨਕ ਤਿਸੇ ਤਿਆਏ। ਇਹ 26 ਅਗਸਤ ਦਾ ਦਿਨ ਸੀ, ਪਿਛਲੇ ਪੈਰ ਝਟਪਟ ਤਿਆਰੀ ਹੋ ਗਈ, ਰਸਤੇ ਵਿੱਚ ਕੁਝ ਸਮਾਂ ਰੁਕੇ, ਕਈ ਕੌਤਕ ਵਰਤਾਏ, ਰਾਤ ਨੂੰ ਭਾਵੇਂ ਬੁਖਾਰ ਤਾਂ ਨਾ ਟਲਿਆ ਪਰ ਬਾਬਾ ਜੀ ਨੇ ਨਿਯਮ ਅਨੁਸਾਰ ਇਸ਼ਨਾਨ ਕਰ ਗੁਰੂ ਨਾਨਕ ਦੇ ਚਰਨਾਂ ਨਾਲ ਬਿਰਤੀ ਜਾ ਜੋੜੀ। 27 ਪਾਦਰੋਂ ਨੂੰ ਨਾਨਕਸਰ ਕਲੇਰੀ ਪਹੁੰਚੇ, ਆਸਣ 12 ਦਰੀ ਵਿੱਚ ਰੱਖਿਆ, ਹੁਕਮ ਅਨੁਸਾਰ ਖੰਡ ਪਾਠ ਵੀ ਰੱਖ ਦਿੱਤੇ ਗਏ, ਪਰ ਰਜਾ ਅੰਦਰ ਬੁਖਾਰ ਵੀ ਆਪਣੀ ਡਿਊਟੀ ਭੁਗਤਾਉਂਦਾ ਰਿਹਾ। 28 ਦੀ ਸ਼ਾਮ ਵੇਲੇ ਸਰੀਰ ਕਾਫ਼ੀ ਢਿੱਲਾ ਹੋ ਗਿਆ, ਕਈ ਪਾਸਿਆਂ ਤੋਂ ਡਾਕਟਰ ਆ ਪਹੁੰਚੇ। ਰਾਤ ਦੇ 2 ਵਜੇ ਪਿੱਛੋਂ ਮਾਸਟਰ ਈਸ਼ਰ ਸਿੰਘ ਕਾਲਕਾਂ ਵਾਲੇ ਜਗਰਾਉਂ ਦੇ ਸਰਕਾਰੀ ਹਸਪਤਾਲ ਤੋਂ ਇੱਕ ਡਾਕਟਰ ਨੂੰ ਬੁਲਾ ਕੇ ਲਿਆਏ, ਜੋ ਕਿ ਨੀਂਦ ਦਾ ਟੀਕਾ ਲਾ ਕੇ ਚਲਾ ਗਿਆ। ਅੰਮ੍ਰਿਤ ਵੇਲੇ ਜਦੋਂ ਭਾਈ ਕਰਤਾਰ ਸਿੰਘ ਕੀਰਤਨ ਲਈ ਸਾਹ ਚੁੱਕਣ ਅੰਦਰ ਗਿਆ ਤਾਂ ਬਕਸ ਵਿੱਚੋਂ ਵਾਜਾ ਕੱਢਦਿਆਂ ਜ਼ਰਾ ਖੜਾਕ ਹੋਣ 'ਤੇ ਬਾਬਾ ਜੀ ਨੇ ਪੁੱਛਿਆ, ਕੌਣ ਹੈ? ਬੇਨਤੀ ਕੀਤੀ ਜੀ ਕਰਤਾਰ। ਕਹਿਣ ਲੱਗੇ, ਜਲਦੀ ਕਰ, ਸ਼ਬਦ ਲਾ ਤੂੰ ਹੀ ਨਿਰੰਕਾਰ, ਇਹੋ ਧੁਨ ਲਾਉਣੀ, ਫਿਰ ਛੇਤੀ ਜਾ ਕੇ ਕੀਰਤਨ ਕਰ। ਅਤੇ ਜਦੋਂ ਕੀਰਤਨ ਸ਼ੁਰੂ ਹੋਇਆ ਤਾਂ ਸਾਰੇ ਰਾਗੀ ਸਲੋਕ ਬੋਲ ਚੁੱਕੇ ਸਨ, 3:30 ਵਜੇ ਦਾ ਸਮਾਂ ਸੀ। ਬਾਬਾ ਜੀ ਨੇ 4 ਵਾਰ ਵਾਹ 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 ਅਤੇ ਫਿਰ ਹੌਲੀ ਜਿਹੀ ਵਾਹਿਗੁਰੂ ਉਚਾਰ ਕੇ 5ਵੀਂ ਵਾਰ ਸਵਾਸ ਅੰਦਰ ਨੂੰ ਖਿੱਚ ਲਏ, ਕਿਉਂਕਿ ਵਾਹ ਅੰਦਰ ਗਿਆ ਅਤੇ ਫਿਰ ਬਾਹਰ ਨਹੀਂ ਆਇਆ। ਇਸ ਤਰ੍ਹਾਂ ਬਾਬਾ ਜੀ ਨੇ 13 ਪਾਦਰੋਂ 29 ਅਗਸਤ 1943 ਮੱਸਿਆ ਵਾਲੇ ਦਿਨ ਅੰਮ੍ਰਿਤ ਵੇਲੇ ਸਰੀਰ ਰੂਪੀ ਚੋਲਾ ਛੱਡ ਦਿੱਤਾ। ਇਸੇ ਕਰਕੇ ਬਾਬਾ ਜੀ ਦੀ ਬਰਸੀ ਹਰ ਸਾਲ 13 ਪਾਦਰੋਂ ਦੇ ਹਿਸਾਬ ਨਾਲ ਨਾਨਕਸਰ ਕਲੇਰਾਂ ਵਿਖੇ ਮਨਾਈ ਜਾਂਦੀ ਹੈ।
ਬਾਬਾ ਜੀ ਦੇ ਸੱਚਖੰਡ ਪਿਆਨਾ ਹੋਣ ਦੀ ਖਬਰ ਜੰਗਲ ਦੀ ਅੱਗ ਵਾਂਗ ਫੈਲ ਗਈ। ਸੰਗਤਾਂ ਵਿੱਚ ਹਾਹਾਕਾਰ ਮੱਚ ਗਈ ਅਤੇ ਸੰਗਤਾਂ ਵਹੀਰਾਂ ਕੱਤ ਕੇ ਦਰਸ਼ਨਾਂ ਨੂੰ ਆ ਰਹੀਆਂ ਹਨ, ਦਰਸ਼ਨ ਕਰ ਰਹੀਆਂ ਹਨ ਅਤੇ ਸੱਜਲ ਨੇਤਰਾਂ ਦੇ ਨਾਲ ਵਿਦਾਇਗੀ ਦੇ ਰਹੀਆਂ ਹਨ। ਬਾਬਾ ਨੰਦ ਸਿੰਘ ਜੀ ਦੇ ਸੀਸ ਛੱਡਣ ਤੋਂ ਬਾਅਦ ਦੀ ਇੱਕ ਘਟਨਾ, ਜੋ ਕਿ ਬਾਬਾ ਨੰਦ ਸਿੰਘ ਜੀ ਦੇ ਕਾਰ ਦੇ ਡਰਾਈਵਰ ਬਾਬਾ ਹਰੀ ਸਿੰਘ ਜੀ, ਜੋ ਕਿ ਸਿਰਫ ਡਰਾਈਵਰ ਹੀ ਨਹੀਂ ਸਨ ਬਲਕਿ ਬਾਬਾ ਈਸ਼ਰ ਸਿੰਘ ਜੀ ਦੇ ਨਾਲ ਬਾਬਾ ਨੰਦ ਸਿੰਘ ਜੀ ਦੀ ਹਜ਼ੂਰੀ ਸੇਵਾ ਵੀ ਕਰਵਾਉਂਦੇ ਸਨ, ਅਤੇ ਇਹ ਹਜ਼ੂਰੀ ਸੇਵਾ ਹਰ ਕੋਈ ਨਹੀਂ ਸੀ ਕਰ ਸਕਦਾ, ਪਰ ਬਾਬਾ ਹਰੀ ਸਿੰਘ ਲਈ ਆਗਿਆ ਸੀ, ਇਸ ਲਈ ਉਹ ਸਿਰਫ ਡਰਾਈਵਰ ਨਹੀਂ ਸਨ, ਉਹ ਬਾਬਾ ਜੀ ਦੇ ਹਜ਼ੂਰੀਏ ਵੀ ਸਨ। ਉਹਨਾਂ ਦੀ ਰਸਨਾ ਤੋਂ ਸਰਵਣ ਕੀਤੀ ਘਟਨਾ ਕਿ ਜਦੋਂ ਬਾਬਾ ਜੀ ਸਰੀਰ ਤਿਆਗ ਗਏ ਤਾਂ ਵਿਚਾਰ ਹੋਈ ਕਿ ਬਾਬਾ ਜੀ ਨੂੰ ਕਿੱਥੇ ਜਲ ਪ੍ਰਵਾਹ ਕੀਤਾ ਜਾਏ, ਕਿਉਂਕਿ ਪਾਣੀ ਕਿਸੇ ਦਰਿਆ ਵਿੱਚ ਵੀ ਨਹੀਂ ਹੈ, ਕੰਨੀਆਂ ਦਰਿਆ ਵੀ ਸੁੱਕਾ ਪਿਆ ਹੈ, ਹਰੀਕੇ ਵੀ ਪਾਣੀ ਬਹੁਤ ਘੱਟ ਹੈ, ਹੋਰ ਵੀ ਕਿਸੇ ਥਾਂ 'ਤੇ ਜਲ ਪ੍ਰਵਾਹ ਕਰਨ ਯੋਗ ਪਾਣੀ ਨਹੀਂ ਹੈ ਅਤੇ ਸੰਸਕਾਰ ਕਰਨ ਦਾ ਉਹਨਾਂ ਦਾ ਹੁਕਮ ਨਹੀਂ, ਕੀ ਕੀਤਾ ਜਾਏ। ਤਾਂ ਅਖੀਰ ਦਿੱਲੀ ਦੀ ਸੰਗਤ ਨੇ ਬੇਨਤੀ ਕੀਤੀ ਕਿ ਅਸੀਂ ਬਾਬਾ ਜੀ ਨੂੰ ਹੈਲੀਕਾਪਟਰ 'ਤੇ ਕਰਾਚੀ ਲੈ ਜਾਂਦੇ ਹਾਂ, ਉੱਥੇ ਵੱਡਾ ਦਰਿਆ ਹੈ, ਉੱਥੇ ਜਲ ਪ੍ਰਵਾਹ ਕਰਦੇ ਹਾਂ। ਜਦੋਂ ਇਹ ਗੱਲ ਆਖੀ ਤਾਂ ਇਲਾਕੇ ਦੀਆਂ ਸੰਗਤਾਂ ਨੇ ਇਸ ਗੱਲ ਦਾ ਵਿਰੋਧ ਕੀਤਾ, ਤਾਂ ਉਹਨਾਂ ਆਖਿਆ ਫਿਰ ਦੱਸੋ ਕੀ ਕਰੀਏ, ਸੰਸਕਾਰ ਕਰਨ ਦਾ ਹੁਕਮ ਨਹੀਂ ਅਤੇ ਪਾਣੀ ਕਿਸੇ ਪਾਸੇ ਹੈ ਨਹੀਂ। ਸਾਰਾ ਦਿਨ ਇਸੇ ਤਰ੍ਹਾਂ ਵਿਚਾਰ ਵਟਾਂਦਰਾ ਚੱਲਦਾ ਰਿਹਾ ਅਤੇ ਰਾਤ ਪਈ ਜਿਸ ਵੇਲੇ ਤਾਂ ਬਾਰਿਸ਼ ਸ਼ੁਰੂ ਹੋ ਗਈ, ਇਤਨਾ ਮੀਂਹ ਪਿਆ ਕਿ ਸਾਰੇ ਦਰਿਆਵਾਂ ਵਿੱਚ ਰਾਤੋ ਰਾਤ ਪਾਣੀ ਪਾਣੀ ਭਰ ਗਿਆ। ਕਿਸੇ ਪਹਾੜ ਦੇ ਉੱਤੋਂ ਕੋਈ ਗਲੇਸ਼ੀਅਰ ਕਿਤੇ ਆਪਣੀ ਥਾਂ ਤੋਂ ਹਿੱਲ ਗਿਆ, ਸਾਰੇ ਦਰਿਆਵਾਂ ਵਿੱਚ ਹੀ ਪਾਣੀ। ਸਵੇਰੇ ਜਦੋਂ ਪਤਾ ਮਿਲਿਆ ਕਿ ਕੰਨੀਆਂ ਦਰਿਆ ਵਿੱਚ ਬਹੁਤ ਪਾਣੀ ਆ ਚੁੱਕਾ ਹੈ, ਤਾਂ ਸਾਰਿਆਂ ਦੇ ਮੂੰਹੋਂ ਨਿਕਲਿਆ, ਧੰਨ ਬਾਬਾ ਜੀ, ਆਪਣਾ ਕਾਰਜ ਤੁਸੀਂ ਆਪ ਹੀ ਕਰ ਰਹੇ ਹੋ। ਅਤੇ ਫਿਰ ਤਿਆਰੀ ਕਰਕੇ ਕੰਨੀਆਂ ਵਿਖੇ ਜਲ ਪ੍ਰਵਾਹ ਕਰਨ ਦਾ ਫੈਸਲਾ ਕੀਤਾ ਗਿਆ। ਸੋ ਇਹ ਬਚਨ ਬਾਬਾ ਹਰੀ ਸਿੰਘ ਜੀ ਡਰਾਈਵਰ ਨੇ ਸੁਣਾਇਆ ਹੈ। ਇੱਕ ਘਟਨਾ ਹੋਰ ਵਾਪਰੀ ਕਿ ਪਟਿਆਲੇ ਤੋਂ ਰਾਜ ਮਾਤਾ ਵੀ ਪਹੁੰਚੀ ਹੋਈ ਸੀ, ਤਾਂ ਸਾਰੇ ਸਰਦਾਰਾਂ ਨੇ ਰਾਜ ਮਾਤਾ ਨੂੰ ਆਖਿਆ ਕਿ ਬਾਬਾ ਜੀ ਵਾਲੀ ਕਾਰ ਜੋ ਤੁਸੀਂ ਭੇਟਾ ਕੀਤੀ ਹੈ, ਇਸ ਨੂੰ ਵਾਪਸ ਲੈ ਜਾਓ। ਰਾਜ ਮਾਤਾ ਨੇ ਆਖਿਆ ਅਸੀਂ ਤਾਂ ਲੈ ਕੇ ਜਾਣੀ ਨਹੀਂ, ਤਾਂ ਸਰਦਾਰਾਂ ਨੇ ਆਖਿਆ ਕਿ ਬਾਬਾ ਜੀ ਦੀ ਹੁਕਮ ਅਦੂਲੀ ਨਾ ਕਰੋ, ਬਾਬਾ ਜੀ ਨੇ ਤੁਹਾਡੇ ਕੋਲੋਂ ਇੱਕ ਬਚਨ ਲਿਆ ਸੀ, ਜਦੋਂ ਤੁਸੀਂ ਇਹ ਕਾਰ ਬਾਬਾ ਜੀ ਨੂੰ ਭੇਟਾ ਕੀਤੀ ਸੀ, ਉਹਨਾਂ ਨੇ ਤੁਹਾਡੇ ਕੋਲ ਇਹ ਬਚਨ ਲਿਆ ਸੀ ਕਿ ਇਹ ਕਾਰ ਅਸੀਂ ਤਾਂ ਰੱਖਾਂਗੇ ਜੇ ਸਾਡੇ ਸਰੀਰ ਛੱਡਣ ਤੋਂ ਬਾਅਦ ਇਹਨੂੰ ਵਾਪਸ ਲੈ ਕੇ ਜਾਓਗੇ, ਅਤੇ ਤੁਸੀਂ ਸੱਤ ਬਚਨ ਕੀਤਾ ਸੀ, ਇਸ ਲਈ ਤੁਸੀਂ ਉਸ ਬਚਨ ਨੂੰ ਹੁਣ ਮੰਨ ਲਓ। ਤਾਂ ਉਹਨਾਂ ਨੇ ਸੱਤ ਬਚਨ ਕੀਤਾ ਅਤੇ ਕਾਰ ਵਾਪਸ ਲੈ ਗਏ। ਨਾ ਤਾਂ ਸਰਦਾਰਾਂ ਨੇ ਉਸ ਵੇਲੇ ਇਹ ਆਖਿਆ ਕਿ ਵਾਪਸ ਲੈ ਜਾਓ, ਪਰ ਵਰਤਿਓ ਨਾ, ਸੰਭਾਲ ਕੇ ਰੱਖਿਓ, ਅਤੇ ਨਾ ਉਹਨਾਂ ਨੇ ਇਹ ਸੋਚਿਆ, ਅਤੇ ਕਾਰ ਕਾਰਾਂ ਵਿੱਚ ਚਲੀ ਗਈ। ਸਮੇਂ ਬਾਅਦ ਪਤਾ ਹੀ ਨਹੀਂ ਚੱਲਿਆ ਕਿ ਉਹ ਕਾਰ ਕਿਹੜੀ ਸੀ ਅਤੇ ਕਿੱਧਰ ਗਈ। ਵਾਸਤਵ ਮੈਂ ਇਸ ਵਿੱਚ ਉਹਨਾਂ ਦਾ ਕੋਈ ਕਸੂਰ ਨਹੀਂ ਸੀ, ਇਹ ਬਾਬਾ ਜੀ ਦੀ ਰਜ਼ਾ ਸੀ, ਕਿਉਂਕਿ ਬਾਬਾ ਜੀ ਜਾਣਦੇ ਸਨ ਕਿ ਜੇ ਕਾਰ ਇੱਥੇ ਰਹੀ ਜਾਂ ਉੱਥੇ ਵੀ ਵੱਖਰੀ ਖੜੀ ਰਹੀ ਤਾਂ ਸੰਗਤਾਂ ਨੇ ਉਸਨੂੰ ਪੂਜਣਾ ਸ਼ੁਰੂ ਕਰ ਦੇਣਾ ਹੈ, ਅਤੇ ਜੋ ਗੁਰਮਤ ਦੇ ਬਿਲਕੁਲ ਉਲਟ ਹੋਵੇਗਾ, ਅਤੇ ਜਿਹੜਾ ਕੰਮ ਅਸੀਂ ਆਪਣੀ ਹੋਂਦ ਵਿੱਚ ਨਹੀਂ ਕਰਵਾਇਆ ਉਹ ਸਾਤੋਂ ਬਾਅਦ ਵਿੱਚ ਵੀ ਕਿਉਂ ਹੋਵੇ। ਇਹ ਸੀ ਬਾਬਾ ਨੰਦ ਸਿੰਘ ਜੀ ਮਹਾਰਾਜ ਦੀ ਦੂਰ ਅੰਦੇਸ਼ੀ। ਸੋਮਵਾਰ 31 ਅਗਸਤ ਨੂੰ ਸਵੇਰੇ 10 ਵਜੇ ਬਾਬਾ ਜੀ ਦੀ ਪਾਲਕੀ ਜਲ ਪ੍ਰਵਾਹ ਕਰਨ ਵਾਸਤੇ ਇੱਕ ਜਲੂਸ ਦੀ ਸ਼ਕਲ ਵਿੱਚ ਲੈ ਤੁਰੇ। ਬਾਬਾ ਜੀ ਦੇ ਸਰੀਰ ਦਾ ਜਲ ਪ੍ਰਵਾਹ ਕਰਨ ਲਈ ਸਿੱਧਵਾਂ ਬੇਟ ਵੱਲ ਜਾਂਦੀ ਪੱਕੀ ਸੜਕ ਉੱਤੇ ਹੌਲੀ ਹੌਲੀ ਕੰਨੀਆਂ ਦਰਿਆ 'ਤੇ ਪਹੁੰਚਿਆ ਅਤੇ ਬਾਬਾ ਨੰਦ ਸਿੰਘ ਜੀ ਦੀ ਦੇਹ ਦਾ ਜਲ ਪ੍ਰਵਾਹ ਕਰ ਦਿੱਤਾ ਗਿਆ। ਉਸ ਵੇਲੇ ਜ਼ਮੀਨ ਅਸਮਾਨ ਗੂੰਜ ਪਏ। ਨਿਰੰਕਾਰ ਦੇ ਦੇਸ਼ ਵਿੱਚ ਜਾ ਕੇ ਜੋਤ ਨਾਲ ਜੋਤ ਰਲ ਗਈ। ਨਿਰੰਕਾਰ ਦੇ ਦੇਸ਼ ਵਿੱਚ ਜਾ ਕੇ ਜੋਤ ਨਾਲ ਜੋਤ ਰਲ ਗਈ। ਨਿਰੰਕਾਰ ਦੇ ਦੇਸ਼ ਵਿੱਚ ਜਾ ਕੇ ਜੋਤ ਨਾਲ ਜੋਤ ਰਲ ਗਈ। ਨਿਰੰਕਾਰ ਦੇ ਦੇਸ਼ ਵਿੱਚ ਜਾ ਕੇ ਜੋਤ ਨਾਲ ਜੋਤ ਰਲ ਗਈ। ਜੋਤ ਨਾਲ ਜੋਤ ਰਲ ਗਈ, ਜੋਤ ਨਾਲ ਜੋਤ
ਗਈ ਨਿਰੰਕਾਰ ਦੇ ਦੇਸ਼ ਵਿੱਚ।